ਅੱਜ ਆਏ ਗਏ ਹਾਂ ਪਿੰਡ ਦੇ ਵਿੱਚ ਅਤੇ ਇੱਥੇ ਦੀ ਅੱਜ ਈਦ ਵੇਖਦੇ ਹਾਂ ਕਿ ਈਦ ਕਿਸ ਤਰ੍ਹਾਂ ਦੀ ਹੁੰਦੀ ਹੈ ਔਰ ਗੱਲਬਾਤ ਕਰਨੇ ਹਾਂ ਅਸੀਂ ਮਹਿਕ ਪੰਜਾਬਣ ਮਹਿਕ ਪੰਜਾਬਣ ਦਾ ਹੀ ਹੈ ਪਿੰਡ ਏ ਅਤੇ ਉਹਦੇ ਅਸੀਂ ਪਿੰਡ ਦੇ ਵਿੱਚ ਆਏ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਅੱਛਾ ਸਭ ਤੋਂ ਪਹਿਲੇ ਤਾਂ ਮੇਰੇ ਵੱਲੋਂ ਤੈਨੂੰ ਬਹੁਤ ਬਹੁਤ ਦਿਲੀ ਈਦ ਮੁਬਾਰਕ ਮੇਰੇ ਲਈ ਤੁਹਾਨੂੰ ਵੱਡੇ ਸਾਰੇ ਬੱਕਰੇ ਅਤੇ ਗਾਂ ਦੀ ਈਦ ਮੁਬਾਰਕ ਖੈਰ ਮੁਬਾਰਕ ਅੱਛਾ ਅੱਜ ਮਾਸ਼ਾਅੱਲਾ ਬਹੁਤ ਅੱਛਾ ਦਿਨ ਹੈ ਸੁਨਤ ਇਬਰਾਹੀਮੀ ਅਦਾ ਹੋ ਰਹੀ ਹੈ ਔਰ ਈਦ ਉਲ ਅਜ਼ਹਾ ਅੱਲਾ ਪਾਕ ਸਾਰਿਆਂ ਨੂੰ ਖੁਸ਼ੀਆਂ ਨਸੀਬ ਫਰਮਾਏ ਅਤੇ ਤੁਸੀਂ ਐਡੇ ਤਿਆਰ ਹੋ ਕੇ ਅਤੇ ਕਿਤੇ ਗੋਸ਼ਤ ਮੰਗਣ 'ਤੇ ਨਹੀਂ ਜਾ ਰਹੇ ਇਹ ਤੁਸੀਂ ਕਿਵੇਂ ਦੀ ਗੱਲ ਪੁੱਛ ਲਈ ਮੇਰੇ ਕੋਲੋਂ ਕੀ ਸੱਚ ਹੀ ਪੁੱਛ ਲਿਆ ਮੈਂ ਨਹੀਂ ਮੈਂ ਤਾਂ ਕੁਛ ਵੀ ਨਹੀਂ ਅਤੇ ਇੰਨਾ ਤਿਆਰ ਹੋ ਕੇ ਅਤੇ ਆਪਣਾ ਇੱਧਰ ਨੂੰ ਘਰ ਚੱਲੀ ਸੀ ਉੱਧਰ ਕੀ ਲੈਣ ਬਸ ਐਵੇਂ ਹੀ ਮਿਲਣ ਚੱਲੀ ਸੀ ਮੈਂ ਤਾਂ ਅੱਛਾ ਮੈਂ ਸਮਝਿਆ ਪਤਾ ਨਹੀਂ ਗੋਸ਼ਤ ਲੈ ਮੰਗਣ ਜਾ ਰਹੇ ਨੇ ਐਡੇ ਆਪਣਾ ਤਿਆਰ ਸ਼ਿਆਰ ਹੋ ਕੇ ਨਹੀਂ ਨਹੀਂ ਕਹਿ ਵੀ ਸਕਦੇ ਹੋ ਅਤੇ ਨਹੀਂ ਵੀ ਕਹਿ ਸਕਦੇ ਇਹਦਾ ਮਤਲਬ ਹੈ ਕਿ ਥੋੜ੍ਹੀ ਥੋੜ੍ਹੀ ਸੱਚਾਈ ਹੈਗੀ ਮੇਰੀਆਂ ਗੱਲਾਂ 'ਚ ਅੱਛਾ ਮੈਨੂੰ ਇਹ ਦੱਸੋ ਕਿ ਅੱਜ ਤੁਸੀਂ ਇੰਨੇ ਤਿਆਰ ਹੋਏ ਹੋ ਜਿਵੇਂ ਬੱਕਰੇ ਦੀ ਜਗ੍ਹਾ 'ਤੇ ਤੁਹਾਨੂੰ ਕਰਨਾ ਕਿਸੇ ਮੈਂ ਚੱਲੀ ਸੀ ਸਹੇਲੀ ਦੇ ਘਰ ਤੇ ਉਧਰੋਂ ਅੱਛਾ ਵੈਸੇ ਤੇਰੇ ਵਰਗੀਆਂ ਕੁੜੀਆਂ ਨਾ ਹਮੇਸ਼ਾ ਆਪਣੀ ਜੇਬ 'ਚ ਤੇ ਪੈਸਾ ਹੁੰਦਾ ਨਹੀਂ ਤੇ ਕੋਈ ਤਿਉਹਾਰ ਆਉਂਦਾ ਤੇ ਸਹੇਲੀਆਂ ਦੇ ਘਰਾਂ 'ਚ ਜਾਂਦੀਆਂ ਚਲੋ ਆਪਣਾ ਖਰਚਾ ਤੇ ਬਚੇਗਾ ਜਾ ਕੇ ਵੇਖੋ ਸਾਡਾ ਭਰਿਆ ਪਿਆ ਹੈ ਕਾਹਦੇ ਨਾਲ ਕੂੜੇ ਨਾਲ ਕਿ ਮਿੱਟੀ ਨਹੀਂ ਨਹੀਂ ਲੋਕੀ ਗੋਸ਼ਤ ਲੈਣ ਆਏ ਨਾ ਸਾਡੇ ਘਰੋਂ ਤੁਹਾਡੇ ਘਰੋਂ ਜਿਹੜਾ ਕਿ ਮਿਸਾਲ ਹੈ ਤੁਸੀਂ ਲੋਕਾਂ ਦੇ ਬੱਚੇ ਆਪਣੇ ਵਿਹੜੇ 'ਚ ਕਰਦੇ ਹੋ ਤੇ ਕਸਾਈਆਂ ਦਾ ਕੰਮ ਤੇ ਨਹੀਂ ਸ਼ੁਰੂ ਕਰ ਲਿਆ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਹੋਰ ਕੀ ਪਲੈਨਿੰਗ ਹੈ ਤੁਹਾਡੀ ਮੇਰੀ ਪਲੈਨਿੰਗ ਹੈਗੀ ਹੈ ਕਿ ਗੋਸ਼ਤ ਵੰਡਣਾ ਗਰੀਬਾਂ ਨੂੰ ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਦੇ ਘਰਾਂ 'ਚ ਜਾ ਕੇ ਦੇਣਾ ਜਿਹੜੇ ਨਹੀਂ ਪਕਾ ਸਕਦੇ ਉਹਨਾਂ ਨੂੰ ਪਕਾ ਕੇ ਦੇਣਾ ਵਾਹ ਵਾਹ ਯਾਨੀ ਸਦਕਾ ਜਾ ਰਹੀ ਆ ਇੰਨਾ ਸਦਕਾ ਜਾ ਰਹੀ ਆ ਹਾਂਜੀ ਤੇ ਕਿਸੇ ਗਰੀਬ ਨੂੰ ਪਕਾ ਕੇ ਨਹੀਂ ਖਵਾਉਣ ਦਾ ਕੋਈ ਨਹੀਂ ਤੁਸੀਂ ਕਿੱਥੋਂ ਗਰੀਬ ਹੈਗੇ ਹੋ ਮੈਨੂੰ ਇਹ ਦੱਸੋ ਜ਼ਰਾ ਤੇ ਗਰੀਬ ਹੀ ਹਾਂ ਅਸੀਂ ਨਾ ਵੇਖੋ ਤੁਸੀਂ ਮਾਸ਼ਾਅੱਲਾ ਅੱਜ ਮੈਂ ਸਪੈਸ਼ਲ ਪਕਵਾਇਆ ਕੁਕੜੀ ਪਕਵਾਈ ਹੈਗੀ ਹੈ ਮਾਰੇ ਵੀ ਅੱਜ ਬੱਕਰੇ ਖਾ ਰਹੀ ਆਵਾਮ ਕੱਟੇ ਵਜੇ ਖਾ ਰਹੀ ਹੈ ਸਾਡੇ ਆਸੇ ਕੁਕੜੀ ਗਰੀਬਾਂ ਲਈ ਨਾ ਮਸਕੀਨਾਂ ਲਈ ਤੁਸੀਂ ਗਰੀਬ ਮਸਕੀਨ ਥੋੜ੍ਹੀ ਹੈਗੇ ਹੋ ਅੱਛਾ ਮੈਨੂੰ ਇਹ ਦੱਸੋ ਕਿ ਅੱਜ ਈਦ ਦਾ ਦਿਨ ਹੈ ਅਤੇ ਤੁਸੀਂ ਵੀ ਮੇਰੇ ਨਾਲ ਹੀ ਹੁੰਦੇ ਹੋ ਅਸੀਂ ਲਾਹੌਰ 'ਚ ਮੁਖਤਲਿਫ ਲੋਕੇਸ਼ਨਾਂ 'ਤੇ ਪ੍ਰੋਗਰਾਮ ਕਰੀਦੇ ਰਿਕਾਰਡਿੰਗ ਕਰੀਦੀ ਹੈ ਮੁਖਤਲਿਫ VIP ਲੋਕਾਂ ਨੂੰ ਵੀ ਮਿਲੀਦਾ ਪੜ੍ਹੇ ਲਿਖੇ ਲੋਕਾਂ ਨੂੰ ਵੀ ਮਿਲੀਦਾ ਅਨਪੜ੍ਹ ਲੋਕਾਂ ਨੂੰ ਵੀ ਮਿਲੀਦਾ ਅਤੇ ਅੱਜ ਪਰਸਨਲੀ ਮੇਰਾ ਇਹ ਜ਼ਿਹਨ ਹੈਗਾ ਸੀ ਕਿ ਮੈਂ ਪਿੰਡ ਦੇ ਵਿੱਚ ਜਾਵਾਂ ਅਤੇ ਅੱਜ ਈਦ ਜਿਹੜੀ ਹੈ ਉਹ ਮੈਂ ਪਿੰਡਾਂ ਦੇ ਵਿੱਚ ਗੁਜ਼ਾਰਾਂ ਬੜੀ ਤੁਹਾਡੀ ਮਿਹਰਬਾਨੀ ਜਿਹੜਾ ਤੁਸੀਂ ਸਾਡੇ ਪਿੰਡ ਆਏ ਤੁਸੀਂ ਸਾਡਾ ਪਿੰਡ ਵਿਜ਼ਿਟ ਕੀਤਾ ਕਿਵੇਂ ਦਾ ਲੱਗਿਆ ਤੁਹਾਨੂੰ ਤੁਹਾਡਾ ਪਿੰਡ ਤੁਹਾਡੇ ਵਰਗਾ ਹੀ ਖੂਬਸੂਰਤ ਹੈ ਅਤੇ ਸਾਨੂੰ ਬਹੁਤ ਅੱਛਾ ਲੱਗਾ ਔਰ ਪਿੰਡ ਦੇ ਵਿੱਚ ਮੈਂ ਵੈਸੇ ਵੀ ਜਦੋਂ ਆ ਜਾਂਦਾ ਵਾ ਨਾ ਅਤੇ ਮੇਰਾ ਦਿਲ ਜਿਹੜਾ ਨਾ ਇੰਝ ਚਹਿਲ ਸਾਡਾ ਜਿਹੜਾ ਪਿੰਡ ਹੈਗਾ ਉੱਥੇ ਤਾਂ ਸਭ ਮਿਲ ਜੁਲ ਕੇ ਖਾਂਦੇ ਪੀਂਦੇ ਨੇ ਇੱਕ ਦੂਸਰੇ ਨੂੰ ਵੇਖਦੇ ਨੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਅਤੇ ਮੈਂ ਲਿਹਾਜ਼ਾ ਸ਼ਹਿਰੀਆਂ ਨੂੰ ਕਹਿਣਾ ਚਾਹਵਾਂਗੀ ਕਿ ਲਿਹਾਜ਼ਾ ਆਪਣੀਆਂ ਫਰਿੱਜਾਂ ਨਾ ਭਰੋ ਖੁਦਾਰਾ ਜਿਹੜੇ ਗਰੀਬ ਹੈਗੇ ਨੇ ਉਹਨਾਂ ਨੂੰ ਦਿਓ ਜਿਨ੍ਹਾਂ ਲਈ ਕੁਰਬਾਨੀ ਅੱਲਾਹ ਤਾਲਾ ਨੇ ਕੀ ਕਹਿੰਦੇ ਨੇ ਯਾਨੀ ਕੁਰਬਾਨੀ ਦੇਣ ਦਾ ਜਿਹੜਾ ਮਕਸਦ ਹੈ ਨਾ ਉਹ ਪੂਰਾ ਹੋ ਜਾਵੇ ਇਸ ਤਰ੍ਹਾਂ ਮਕਸਦ ਪੂਰਾ ਨਹੀਂ ਹੁੰਦਾ ਕਿ ਆਪਣੀ ਫਰਿੱਜ ਭਰ ਲਈ ਆਪਣੇ ਰਿਸ਼ਤੇਦਾਰਾਂ ਦੇਖੋ ਅਸੀਂ ਅਮੀਰ ਜਿਹੜੇ ਹੈਗੇ ਨੇ ਨਾ ਉਹ ਤਾਂ ਖਾਂਦੇ ਹੀ ਰਹਿੰਦੇ ਨੇ ਉਹ ਹਫ਼ਤੇ ਬਾਅਦ ਰੋ ਦੋ ਤਿੰਨ ਦਿਨ ਬਾਅਦ ਖਾਂਦੇ ਰਹਿੰਦੇ ਨੇ ਗਰੀਬਾਂ ਨੇ ਤਾਂ ਸਾਲ ਬਾਅਦ ਮਿਲਣਾ ਹੁੰਦਾ ਗੋਸ਼ਤ ਠੀਕ ਹੈ ਅਤੇ ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਅਤੇ ਉਹਨਾਂ ਨੂੰ ਦੇਣਾ ਚਾਹੀਦਾ ਅੱਛਾ ਅੱਜ ਹਵਾ ਬੜੀ ਅੱਛੀ ਚੱਲ ਰਹੀ ਹੈ ਈਦ ਦਾ ਦਿਨ ਠੀਕ ਹੈ ਪਿੰਡ ਦੇ ਵਿੱਚ ਆਏ ਇਹਨਾਂ ਬਾਅਦ ਵੇਖਣਾ ਖੁਸ਼ਬੂਆਂ ਵੀ ਉੱਡਣਗੀਆਂ ਹਵਾ ਦੇ ਨਾਲ ਜੈਨ ਦੀ ਚੱਲਦੀ ਰਹੀ ਖੁਸ਼ਬੂਆਂ ਮਤਲਬ ਇੱਥੇ ਬਾਗ ਬਗੀਚੇ ਲਾਏ ਨੇ ਤੁਸੀਂ ਖੁਸ਼ਬੂਆਂ ਯਾਨੀ ਇਹ ਜਿਵੇਂ ਇਸ ਟਾਈਮ ਚਰੀ ਦਾ ਮੌਸਮ ਹੈਗਾ ਚਰੀ ਡੰਗਰਾਂ ਨੂੰ ਪਾਈ ਜਾਂਦੀ ਹੈ ਔਰ ਇਹ ਝੋਨਾ ਲੱਗਾ ਹੈ ਮੂੰਜੀ ਦੀ ਯਾਨੀ ਕਿ ਆਮਦ ਉਹ ਮਰ ਵੀ ਅਤੇ ਇਹ ਜਿਹੜੀ ਮਿੱਟੀ ਦੀਆਂ ਪੈਲੀਆਂ ਹੁਣ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਨਾ ਆਹ ਪੈਲੀਆਂ ਨੂੰ ਜਿਹੜੀ ਵਾਹੀ ਬੀਜੀ ਸ਼ੁਰੂ ਹੋ ਜਾਣੀ ਹੈ ਮਹੀਨੇ 'ਚ ਇੱਕ ਵਾਰੀ ਪਿੰਡ ਵਿੱਚ ਆਉਣਾ ਚਾਹੀਦਾ ਉਹਨਾਂ ਦਾ ਮਾਈਂਡ ਫਰੈਸ਼ ਯਾਨੀ ਮੈਂ ਪਰਸਨਲੀ ਇਹ ਆਪਣੇ ਵੇਖਣ ਵਾਲਿਆਂ ਨੂੰ ਇਹ ਕਹਾਂਗਾ ਕਿ ਗਰਮੀਆਂ ਹੁੰਦੀਆਂ ਨੇ ਕੋਈ ਘੁੰਮਰ ਹੀ ਜਾ ਰਿਹਾ ਕੋਈ ਨਰਾਨ ਕਗਾਨ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਲੇਕਿਨ ਅਸਲ ਜੋ ਪਿੰਡ ਦੇ ਵਿੱਚ ਰਹਿਣ ਦਾ ਸਕੂਨ ਹੈਗਾ ਪਿੰਡ ਦੇ ਵਿੱਚ ਨਾਜ਼ਰੀਨ ਯਕੀਨ ਕਰੋ ਕਿ ਜਦੋਂ ਦਾ ਮੈਂ ਆਇਆ ਵਾ ਨਾ ਕੋਈ ਗੱਡੀ ਦੀ ਚੂੰਚ ਹੈ ਨਾ ਕਿਸੇ ਦਾ ਸ਼ੋਰ ਨਾ ਸ਼ਰਾਬਾ ਹਾਂ ਦੂਰ ਦੂਰ ਟੂਵਲ ਚੱਲਣ ਦੀ ਲਾਜ਼ਮੀ ਆਵਾਜ਼ ਆਉਂਦੀ ਜਿਹੜੀ ਦੂਰੋਂ ਦੂਰੋਂ ਆਉਂਦੀ ਹੁੰਦੀ ਨਹੀਂ ਟੁੱਕ 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 ਇੰਝ ਚੱਲ ਰਿਹਾ ਹੁੰਦਾ ਪੀਟਰ ਉਹ ਪੀਟਰ ਦੀ ਆਵਾਜ਼ ਤਾਂ ਜ਼ਰੂਰ ਆਉਂਦੀ ਹੈ ਲਿਹਾਜ਼ਾ ਬਾਕੀ ਜਿਹੜੀ ਸ਼ੋਰ ਸ਼ਰਾਬਾ ਅਤੇ ਬਾਕੀ ਜਿਹੜੀ ਕੰਨਾਂ ਦੇ ਵਿੱਚ ਇੱਕ ਗੱਲ ਸੁਣੋ ਆ
ਕੇ ਰਜ਼ਾਕ ਸਾਹਿਬ ਇੱਥੇ ਖਲੋਤੇ ਰਹਿਣਾ ਜਾਂ ਘਰ ਜਾ ਕੇ ਕੁਛ ਠੂਸੋਗੇ ਵੀ? ਮੇਰੀ ਪਹਿਲੇ ਗੱਲ ਨਾ ਪੂਰੀ ਹੋਣ ਦੇਣਾ। ਵੈਸੇ ਅੱਜ ਕੀ ਪਕਾਇਆ ਕਲੇਜੀ ਤੋਂ ਇਲਾਵਾ? ਕਿਉਂਕਿ ਕਲੇਜੀ ਮੈਂ ਸਾਡੇ ਲਈ ਚਾਂਪਾਂ ਬਣਾਈਆਂ ਨੇ ਜੀ। ਓ ਵੈਰੀ ਗੁੱਡ। ਪੂਰੀ ਦੀਆਂ ਰੋਟੀਆਂ। ਅੱਛਾ। ਨਾਲ ਪਿਆਜ਼, ਨਾਲ ਅਚਾਰ, ਨਾਲ ਲੱਸੀ। ਹੋਰ ਹੋਰ ਫਿਰ ਕੜੀ ਮੜੀ ਮੁੱਕੇ ਵੀ ਹੈਗੇ ਨੇ ਖਾਣੇ 'ਚ ਤਾਂ? ਨਹੀਂ ਨਹੀਂ, ਉਹ ਰੋਟੀ ਤੋਂ ਬਾਅਦ ਹੁੰਦੇ ਨੇ ਤਾਂ ਕਿ ਰੋਟੀ ਪਚਾਉਣ ਵਾਸਤੇ। ਅਤੇ ਹਕੀਕਤ ਵਾਕਈ ਬਣਾਈਆਂ ਜਾਂ ਮੈਨੂੰ ਘਰ ਲਿਜਾ ਕੇ ਤਾਂ ਕਹਿ ਗਿਆ ਪਿੰਡ ਦਾ ਅਚਾਰ ਖਾ, ਆ ਪਿੰਡ ਦੀ ਲੱਸੀ ਪੀ ਤੇ ਘਰ ਨੂੰ ਜਾ। ਆਇਆ ਅਚਾਰ ਵੀ ਬੜਾ ਵਧੀਆ ਹੁੰਦਾ ਜੇ ਰੋਟੀ ਨਾ ਦਿੱਤਾ ਹੋਵੇ। ਨਹੀਂ ਅੱਜ ਅੱਜ ਬੱਕਰਾ ਈਦ ਹੈਗੀ ਹੈ ਅਤੇ ਅੱਜ ਕੋਈ ਅਗਰ ਕੋਈ ਗੋਸ਼ਤ ਵਗੈਰਾ ਬਣਾਇਆ ਕੋਈ ਅਤੇ ਅੱਜ ਵੈਸੇ ਪਰਸਨਲੀ ਅਸੀਂ ਤੇਰੇ ਮਹਿਮਾਨ ਹੈਗੇ ਹਾਂ ਤੇਰੇ ਪਿੰਡ ਦੇ ਵਿੱਚ ਅਤੇ ਅੱਜ ਸਾਡੇ ਲਈ ਕੋਈ। ਬਿਲਕੁਲ ਜੀ ਬਿਲਕੁਲ, ਆਓ ਚਲੋ ਚੱਲੀਏ ਘਰ ਫਿਰ। ਅੱਛਾ ਜੀ ਨਾਜ਼ਰੀਨ, ਅੱਜ ਦਾ ਜਿਹੜੀ ਸਾਡੀ ਵੀਡੀਓ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਅੱਛੀ ਲੱਗੀ ਹੋਏਗੀ, ਤੁਹਾਨੂੰ ਪਸੰਦ ਆਈ ਹੋਏਗੀ ਸਾਡੀਆਂ ਪਿਆਰੀਆਂ ਜਿਹੀਆਂ ਗੱਲਾਂ। ਅਤੇ ਸਬਸਕ੍ਰਾਈਬ ਵੀ ਕਰ ਦਿਓ, ਤੁਹਾਡੀ ਮਿਹਰਬਾਨੀ ਹੋ। ਜਿਹੜਾ ਬੈਲ ਦਾ ਬਟਨ ਲੱਗਾ ਨਾ ਉਹਨੂੰ ਟਿਉਂ ਕਰ ਦਿਓ ਇੱਕ ਵਾਰੀ ਆਪਣੀ ਉਂਗਲੀ ਨਾਲ, ਠੀਕ ਆ? ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਜਿਹੜਾ ਟੋਪਿਕ ਹੈ, ਅੱਜ ਦੀ ਸਾਡੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਬੜੀ ਅੱਛੀ ਲੱਗੀ ਹੋਏਗੀ। ਅਤੇ ਇੰਝ ਇਨਸ਼ਾਅੱਲਾ ਅਸੀਂ ਆਪਣੇ ਆਡੀਅੰਸ ਨੂੰ ਹਸਾਉਂਦੇ ਰਹਾਂਗੇ ਔਰ ਮੁਖਤਲਿਫ ਲੋਕੇਸ਼ਨਾਂ ਵਿਖਾਉਂਦੇ ਰਹਾਂਗੇ। ਅਤੇ ਹੁਣ ਯਕੀਨ ਕਰੋ ਕਿ ਜੋ ਭੁੱਖ ਲੱਗੀ ਹੈ ਨਾ, ਤੁਹਾਨੂੰ ਵੀ ਪਤਾ ਹੁੰਦਾ ਕਿ ਈਦ ਵਾਲੇ ਦਿਨ 12 ਵਜੇ ਤੋਂ ਬਾਅਦ ਇੰਝ ਭੁੱਖ ਚਮਕਣਾ ਸ਼ੁਰੂ ਹੋ ਜਾਂਦੀ ਅਤੇ ਮੈਨੂੰ ਬਹੁਤ ਹੀ ਭੁੱਖ ਲੱਗੀ ਹੈ। ਅਤੇ ਅੱਲਾ ਕਰੇ ਜਿਹੜੀਆਂ ਇਹਨੇ ਚਾਂਪਾਂ ਪਕਾਈਆਂ ਵਾਕਿਆ ਪਕਾਈਆਂ ਹੋਣ ਅਤੇ ਅਸੀਂ ਜਾ ਕੇ ਜਿਹੜਾ ਰੋਟੀ ਖਾਂਦੇ ਹਾਂ। ਅੱਲਾ ਨਿਗਹਿਬਾਨ, ਖੁਦਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ। ਈਦ ਮੁਬਾਰਕ, ਬਹੁਤ ਬਹੁਤ ਈਦ ਮੁਬਾਰਕ।